ਬਾਹਠ ਸਾਲ ਦੇ ਕਿਸਾਨ ਰਣਜੀਤ ਸਿੰਘ ਦੀ ਲਾਸ਼ ਉਹਦੇ ਹੀ ਖੇਤਾਂ ਦੇ ਵਿੱਚ ਇਸ ਜਗ੍ਹਾ 'ਤੇ ਮਿਲੀ ਸੀ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਮੌਜੂਦ ਹੈ, DSP ਧਰਮਕੋਟ ਔਰ ਉਹਨਾਂ ਦੇ ਨਾਲ SHO, ਔਰ ਮੌਕੇ 'ਤੇ ਜਿਹੜੀ ਹੈ ਫੋਰੈਂਸਿਕ ਟੀਮ ਵੀ ਪਹੁੰਚੀ ਹੈ ਔਰ ਨਾਲ ਦੀ ਨਾਲ ਡੌਗ ਸਕੁਐਡ ਵੀ ਮੌਕੇ 'ਤੇ ਪਹੁੰਚਿਆ। ਹਾਲਾਂਕਿ ਰਣਜੀਤ ਸਿੰਘ ਦੱਸਿਆ ਜਾ ਰਿਹਾ ਕਿ ਕੱਲ੍ਹ ਸ਼ਾਮ ਆਪਣੇ ਘਰ ਤੋਂ ਖੇਤਾਂ ਦੇ ਵਿੱਚ ਗਿਆ ਸੀ, ਲੇਕਿਨ ਦੇਰ ਰਾਤ ਜਦ ਘਰ ਨਹੀਂ ਵਾਪਸ ਪਹੁੰਚਿਆ ਤਾਂ ਪਰਿਵਾਰ ਵੱਲੋਂ ਜਿਹੜਾ ਖੇਤਾਂ 'ਚ ਆ ਕੇ ਦੇਖਿਆ ਤਾਂ ਇਸੇ ਜਗ੍ਹਾ 'ਤੇ ਰਣਜੀਤ ਸਿੰਘ ਦੀ ਜਿਹੜੀ ਹੈ ਲਾਸ਼ ਪਰਿਵਾਰ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਔਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰਤੀ ਹੈ। ਹਾਲਾਂਕਿ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰਣਜੀਤ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀਗਾ। DSP ਰਵਿੰਦਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਇਹ ਹੱਤਿਆ ਕੀਤੀ ਗਈ ਹੈ, ਕੀ ਪਤਾ ਲੱਗਾ ਔਰ ਕਦੋਂ ਸੂਚਨਾ ਮਿਲੀ ਸੀ? ਇਹ ਕੱਲ੍ਹ ਸ਼ਾਮ ਕੋਈ 9-10 ਵਜੇ 'ਚ ਸਾਨੂੰ ਫੋਨ ਆਇਆ ਰਾਤ ਨੂੰ। ਇਹ ਘਰ ਵਾਲੇ ਵੀ ਲੇਟ ਰਾਤ ਜਦੋਂ ਦੇਖਿਆ ਵੀ ਘਰ ਨਹੀਂ ਪਹੁੰਚਿਆ ਰਣਜੀਤ ਸਿੰਘ, ਤਾਂ ਇਹਦੇ ਬੱਚੇ ਅਤੇ ਹੋਰ ਪਰਿਵਾਰ ਦੇ ਮੈਂਬਰ ਇੱਥੇ ਦੇਖਣ ਆਏ, ਅਤੇ ਉਦੋਂ ਬਾਅਦ ਇਹਨਾਂ ਨੇ ਸਾਨੂੰ ਪਤਾ ਸੀ ਵੀ ਰਾਤ ਪਹੁੰਚੇ ਇੱਥੇ, ਫਿਰ ਇਹਨਾਂ ਦਾ ਬਿਆਨ ਬਿਊਨ ਲਿਖ ਕੇ ਅਸੀਂ ਜਿਹੜੀ ਆ ਕਾਰਵਾਈ ਅਮਲ 'ਚ ਲਿਆਂਦੀ ਗਈ ਆ, ਅਤੇ ਜਿਹੜੇ ਹੁਣ ਆ ਡੌਗ ਸਕੁਐਡ ਅਤੇ ਹੋਰ ਸਾਰੀ ਫੋਰੈਂਸਿਕ ਲੈਬ ਦੀ ਜਿਹੜੀ ਟੀਮ ਆ ਉਹ ਸਾਰਾ ਅਸੀਂ ਕਰ ਰਹੇ ਹਾਂ, ਜਲਦੀ ਟਰੇਸ ਕਰਾਂਗੇ। ਇਹ ਸਰ ਖੇਤ ਉਹਨਾਂ ਦਾ ਹੀ ਹੈ? ਖੇਤ ਉਹਨਾਂ ਦਾ ਆਪਣਾ ਖੇਤ ਆ। ਕਿੰਨੀ ਜ਼ਮੀਨ ਉਹਨਾਂ ਕੋਲ? ਉਹਨਾਂ ਕੋਲ 2 ਕਿੱਲੇ ਜ਼ਮੀਨ ਆ, 3 ਭਰਾ ਵਾ, ਥੋੜ੍ਹੀ ਥੋੜ੍ਹੀ ਜ਼ਮੀਨ ਆਉਂਦੀ ਆ। ਕੱਲ੍ਹ ਸ਼ਾਮ ਨੂੰ ਕਿੰਨੇ ਵਜੇ ਆਇਆ ਸੀ ਘਰੋਂ? ਇਹ ਕੋਈ 5 ਵਜੇ ਇੱਥੇ ਆਇਆ ਸੀਗਾ, ਇਹ ਖੇਤ 'ਚ ਜ਼ਿਆਦਾ ਟਾਈਮ ਰਹਿੰਦਾ ਸੀ, ਫਿਰ ਰਾਤ ਨੂੰ ਵਾਪਸ ਚਲ ਜਾਂਦਾ ਸੀਗਾ। ਕੱਲ੍ਹ ਜਦੋਂ ਨਾ ਆਉਣ 'ਤੇ ਫਿਰ ਉਹਨਾਂ ਨੇ ਭਾਲ ਕਰਕੇ ਜਦੋਂ ਆਏ ਤਾਂ ਇੱਥੇ ਇਹਦਾ ਕਤਲ ਕੀਤਾ ਗਿਆ ਸੀਗਾ। ਅਤੇ ਕਿਸ ਤਰ੍ਹਾਂ ਕਤਲ? ਤੇਜ਼ਧਾਰ ਹਥਿਆਰ ਨਾ ਕੋਈ ਹਜੇ ਤੱਕ ਸਾਹਮਣੇ ਆਇਆ ਸਰ? ਨਹੀਂ, ਹਾਲੇ ਕੋਈ ਨਹੀਂ, ਜਲਦੀ ਟਰੇਸ ਕਰਾਂਗੇ ਅਸੀਂ। ਟੀਮਾਂ ਲੱਗੀਆਂ ਹੋਈਆਂ? ਟੀਮਾਂ ਲੱਗੀਆਂ ਸਾਡੀ, ਬਿਲਕੁਲ ਟੀਮਾਂ ਲੱਗੀਆਂ ਹੋਈਆਂ। ਡੌਗ ਸਕੁਐਡ ਹੈ ਪਰਲੇ ਖੇਤਾਂ ਦੇ ਵਿੱਚ, ਕਿਉਂਕਿ ਇਸੇ ਜਗ੍ਹਾ ਤੋਂ ਡੌਗ ਸਕੁਐਡ ਨੂੰ ਇੱਕ ਸਮੈਲ ਦਿੱਤੀ ਗਈ ਸੀ, ਉਸੇ ਨੂੰ ਪੈੜਾਂ ਨੂੰ ਨਾਪਦੇ ਹੋਏ ਡੌਗ ਸਕੁਐਡ ਜਿਹੜਾ ਉੱਧਰ ਦੂਸਰੇ ਖੇਤਾਂ ਵੱਲ ਗਿਆ। ਜਾਂਚ ਕਰ ਰਹੀ ਹੈ ਪੁਲਿਸ, ਕਿਉਂਕਿ ਜਿਹੜਾ ਰਣਜੀਤ ਸਿੰਘ ਹੈ, ਰਣਜੀਤ ਸਿੰਘ ਦੀ ਹੱਤਿਆ ਇੱਥੇ ਕੀਤੀ ਗਈ ਹੈ। ਖੂਨ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਔਰ ਪੁਲਿਸ ਪਾਰਟੀ ਹੈ ਜਿਹੜੀ ਇਹਨਾਂ ਖੇਤਾਂ ਦੇ ਵਿੱਚ ਜਾਂਚ ਕਰ ਰਹੀ ਹੈ, ਕਿਉਂਕਿ ਰਣਜੀਤ ਸਿੰਘ ਕੱਲ੍ਹ 5-6 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ, ਅਕਸਰ ਖੇਤਾਂ ਦੇ ਵਿੱਚ ਗੇੜਾ ਮਾਰਦਾ ਸੀ ਰਾਤ ਨੂੰ ਆਪਣੇ ਖੇਤਾਂ ਦੇ ਵਿੱਚ, ਲੇਕਿਨ ਕੱਲ੍ਹ ਜਦੋਂ ਦੇਰ ਰਾਤ 9-10 ਵਜੇ ਦੇ ਵਿੱਚ ਖੇਤਾਂ 'ਚੋਂ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਵਾਲੇ ਖੇਤਾਂ 'ਚ ਪਹੁੰਚੇ ਔਰ ਰਣਜੀਤ ਸਿੰਘ ਨੂੰ ਭਾਲਣ ਪਹੁੰਚੇ, ਲੇਕਿਨ ਜਦੋਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਰਣਜੀਤ ਸਿੰਘ ਦੀ ਇੱਥੇ ਲਾਸ਼ ਪਈ ਹੈ, ਖੂਨ ਨਾਲ ਲੱਥਪੱਥ ਲਾਸ਼ ਪਈ ਹੈ, ਔਰ ਉਹਦੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਵੀ ਦੇਰ ਰਾਤ ਇਸ ਜਗ੍ਹਾ 'ਤੇ ਪਹੁੰਚੀ ਸੀ ਔਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਕਿਉਂਕਿ ਹੁਣ ਜਿਹੜਾ ਸਮਾਂ ਹੋ ਗਿਆ, ਹੁਣ ਸੁਬਾਹ ਦਾ ਸਮਾਂ, ਸਵੇਰ ਦੇ ਸਮੇਂ ਪੁਲਿਸ ਨੇ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਲਗਾ ਦਿੱਤੀਆਂ ਗਈਆਂ, ਜਿਹੜੀਆਂ ਕਿ ਫਿੰਗਰ ਪ੍ਰਿੰਟ ਜਾਂ ਹੋਰ ਜਿਹੜੀ ਹੈ ਜਾਂਚ ਆਪਦੇ ਵੱਲੋਂ ਕਰ ਰਹੀ ਹੈ, ਔਰ ਨਾਲ ਦੀ ਨਾਲ ਜਿਹੜਾ ਡੌਗ ਸਕੁਐਡ ਹੈ ਉਹ ਵੀ ਮੌਕੇ 'ਤੇ ਪਹੁੰਚਿਆ, ਲੇਕਿਨ ਹਜੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਕਿ ਰਣਜੀਤ ਸਿੰਘ ਦਾ ਕਤਲ ਕਿਹਨੇ ਕੀਤਾ, ਲੇਕਿਨ ਪੁਲਿਸ ਨੇ ਅਗਿਆਤ ਹਮਲਾਵਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਤੀ ਹੈ। ਦੀਪਕ ਸਿੰਗਲਾ, ਨਿਊਜ਼ 18 ਮੋਗਾ। 62 ਸਾਲ ਦੇ ਕਿਸਾਨ ਰਣਜੀਤ ਸਿੰਘ ਦੀ ਲਾਸ਼ ਉਹਦੇ ਹੀ ਖੇਤਾਂ ਦੇ ਵਿੱਚ ਇਸ ਜਗ੍ਹਾ 'ਤੇ ਮਿਲੀ ਸੀ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਮੌਜੂਦ ਹੈ, DSP ਧਰਮਕੋਟ ਔਰ ਉਹਨਾਂ ਦੇ ਨਾਲ SHO, ਔਰ ਮੌਕੇ 'ਤੇ ਜਿਹੜੀ ਹੈ ਫੋਰੈਂਸਿਕ ਟੀਮ ਵੀ ਪਹੁੰਚੀ ਹੈ ਔਰ ਨਾਲ ਦੀ ਨਾਲ ਡੌਗ ਸਕੁਐਡ ਵੀ ਮੌਕੇ 'ਤੇ ਪਹੁੰਚਿਆ। ਹਾਲਾਂਕਿ ਰਣਜੀਤ ਸਿੰਘ ਦੱਸਿਆ ਜਾ ਰਿਹਾ ਕਿ ਕੱਲ੍ਹ ਸ਼ਾਮ ਆਪਣੇ ਘਰ ਤੋਂ ਖੇਤਾਂ ਦੇ ਵਿੱਚ ਗਿਆ ਸੀ, ਲੇਕਿਨ ਦੇਰ ਰਾਤ ਜਦ ਘਰ ਨਹੀਂ ਵਾਪਸ ਪਹੁੰਚਿਆ ਤਾਂ ਪਰਿਵਾਰ ਵੱਲੋਂ ਜਿਹੜਾ ਖੇਤਾਂ 'ਚ ਆ ਕੇ ਦੇਖਿਆ ਤਾਂ ਇਸੇ ਜਗ੍ਹਾ 'ਤੇ ਰਣਜੀਤ ਸਿੰਘ ਦੀ ਜਿਹੜੀ ਹੈ ਲਾਸ਼ ਪਰਿਵਾਰ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਔਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰਤੀ ਹੈ। ਹਾਲਾਂਕਿ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰਣਜੀਤ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀਗਾ। DSP ਰਵਿੰਦਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਇਹ ਹੱਤਿਆ ਕੀਤੀ ਗਈ ਹੈ, ਕੀ ਪਤਾ ਲੱਗਾ ਔਰ ਕਦੋਂ ਸੂਚਨਾ ਮਿਲੀ ਸੀ? ਇਹ ਕੱਲ੍ਹ ਸ਼ਾਮ ਕੋਈ 9-10 ਵਜੇ 'ਚ ਸਾਨੂੰ ਫੋਨ ਆਇਆ ਰਾਤ ਨੂੰ, ਇਹ ਘਰ ਵਾਲੇ ਵੀ ਲੇਟ ਰਾਤ ਜਦੋਂ ਦੇਖਿਆ ਵੀ ਘਰ ਨਹੀਂ ਪਹੁੰਚਿਆ ਰਣਜੀਤ ਸਿੰਘ, ਤਾਂ ਇਹਦੇ ਬੱਚੇ ਅਤੇ ਹੋਰ ਪਰਿਵਾਰ ਦੇ ਮੈਂਬਰ ਇੱਥੇ ਦੇਖਣ ਆਏ, ਅਤੇ ਉਦੋਂ ਬਾਅਦ ਇਹਨਾਂ ਨੇ ਸਾਨੂੰ ਪਤਾ ਸੀ ਵੀ ਰਾਤ ਪਹੁੰਚੇ ਇੱਥੇ, ਫਿਰ ਇਹਨਾਂ ਦਾ ਬਿਆਨ ਬਿਊਨ ਲਿਖ ਕੇ ਅਸੀਂ ਜਿਹੜੀ ਆ ਕਾਰਵਾਈ ਅਮਲ 'ਚ ਲਿਆਂਦੀ ਗਈ ਆ,
ਅਤੇ ਜਿਹੜੇ ਹੁਣ ਆ ਡੋਗ ਸਕੁਆਡ ਅਤੇ ਹੋਰ ਸਾਰੀ ਫਰੈਂਸਿਕ ਲੈਬ ਦੀ ਜਿਹੜੀ ਟੀਮ ਆ ਉਹ ਸਾਰਾ ਅਸੀਂ ਕਰ ਰਹੇ ਹਾਂ, ਜਲਦੀ ਟਰੇਸ ਕਰਾਂਗੇ। ਇਹ ਸਰ ਖੇਤ ਉਹਨਾਂ ਦਾ ਹੀ ਹੈ? ਖੇਤ ਉਹਨਾਂ ਦਾ, ਆਪਣਾ ਖੇਤ ਆ। ਕਿੰਨੀ ਜ਼ਮੀਨ ਉਹਨਾਂ ਕੋਲ? ਉਹਨਾਂ ਕੋਲ 2 ਕਿੱਲੇ ਜ਼ਮੀਨ ਆ, 3 ਭਰਾ ਵਾ, ਥੋੜ੍ਹੀ ਥੋੜ੍ਹੀ ਜ਼ਮੀਨ ਆਉਂਦੀ ਆ। ਕੱਲ੍ਹ ਸ਼ਾਮ ਨੂੰ ਕਿੰਨੇ ਵਜੇ ਆਇਆ ਸੀ ਘਰੋਂ? ਇਹ ਕੋਈ 5 ਕੁ ਵਜੇ ਇੱਥੇ ਆਇਆ ਸੀਗਾ। ਇਹ ਖੇਤ 'ਚ ਜ਼ਿਆਦਾ ਟਾਈਮ ਰਹਿੰਦਾ ਸੀ, ਫਿਰ ਰਾਤ ਨੂੰ ਵਾਪਸ ਚਲ ਜਾਂਦਾ ਸੀਗਾ। ਕੱਲ੍ਹ ਜਦੋਂ ਨਾ ਆਉਣ 'ਤੇ ਫਿਰ ਉਹਨਾਂ ਨੇ ਭਾਲ ਕਰਕੇ ਜਦੋਂ ਆਏ ਤਾਂ ਇੱਥੇ ਇਹਦਾ ਕਤਲ ਕੀਤਾ ਗਿਆ ਸੀਗਾ। ਅਤੇ ਕਿਸ ਤਰ੍ਹਾਂ ਕਤਲ? ਤੇਜ਼ਧਾਰ ਹਥਿਆਰ ਨਾਲ। ਕੋਈ ਹਜੇ ਤੱਕ ਸਾਹਮਣੇ ਆਇਆ ਸਰ? ਨਹੀਂ, ਹਾਲੇ ਕੋਈ ਨਹੀਂ, ਜਲਦੀ ਟਰੇਸ ਕਰਾਂਗੇ ਅਸੀਂ। ਟੀਮਾਂ ਲੱਗੀਆਂ ਹੋਈਆਂ? ਟੀਮਾਂ ਲੱਗੀਆਂ ਸਾਡੀਆਂ, ਬਿਲਕੁਲ ਟੀਮਾਂ ਲੱਗੀਆਂ ਹੋਈਆਂ। ਡੋਗ ਸਕੁਐਡ ਹੈ ਪਰਲੇ ਖੇਤਾਂ ਦੇ ਵਿੱਚ, ਕਿਉਂਕਿ ਇਸੇ ਜਗ੍ਹਾ ਤੋਂ ਡੋਗ ਸਕੁਐਡ ਨੂੰ ਇੱਕ ਸਮੈਲ ਦਿੱਤੀ ਗਈ ਸੀ। ਉਸੇ ਨੂੰ ਪੈੜਾਂ ਨੂੰ ਨਾਪਦੇ ਹੋਏ ਡੋਗ ਸਕੁਐਡ ਜਿਹੜਾ ਉੱਧਰ ਦੂਸਰੇ ਖੇਤਾਂ ਵੱਲ ਗਿਆ। ਜਾਂਚ ਕਰ ਰਹੀ ਹੈ ਪੁਲਿਸ, ਕਿਉਂਕਿ ਜਿਹੜਾ ਰਣਜੀਤ ਸਿੰਘ ਹੈ, ਰਣਜੀਤ ਸਿੰਘ ਦੀ ਹੱਤਿਆ ਇੱਥੇ ਕੀਤੀ ਗਈ ਹੈ। ਖੂਨ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ। ਔਰ ਪੁਲਿਸ ਪਾਰਟੀ ਹੈ ਜਿਹੜੀ ਇਹਨਾਂ ਖੇਤਾਂ ਦੇ ਵਿੱਚ ਜਾਂਚ ਕਰ ਰਹੀ ਹੈ, ਕਿਉਂਕਿ ਰਣਜੀਤ ਸਿੰਘ ਕੱਲ੍ਹ 5-6 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ। ਅਕਸਰ ਖੇਤਾਂ ਦੇ ਵਿੱਚ ਗੇੜਾ ਮਾਰਦਾ ਸੀ ਰਾਤ ਨੂੰ ਆਪਣੇ ਖੇਤਾਂ ਦੇ ਵਿੱਚ, ਲੇਕਿਨ ਕੱਲ੍ਹ ਜਦੋਂ ਦੇਰ ਰਾਤ 9 ਤੋਂ 10 ਵਜੇ ਦੇ ਵਿੱਚ ਖੇਤਾਂ 'ਚੋਂ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਵਾਲੇ ਖੇਤਾਂ 'ਚ ਪਹੁੰਚੇ ਔਰ ਰਣਜੀਤ ਸਿੰਘ ਨੂੰ ਪਾਲਣ ਪਹੁੰਚੇ। ਲੇਕਿਨ ਜਦੋਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਰਣਜੀਤ ਸਿੰਘ ਦੀ ਇੱਥੇ ਲਾਸ਼ ਪਈ ਹੈ, ਖੂਨ ਨਾਲ ਲੱਥਪੱਥ ਲਾਸ਼ ਪਈ ਹੈ, ਔਰ ਉਹਦੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਵੀ ਦੇਰ ਰਾਤ ਇਸ ਜਗ੍ਹਾ 'ਤੇ ਪਹੁੰਚੀ ਸੀ। ਔਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਕਿਉਂਕਿ ਹੁਣ ਜਿਹੜਾ ਸਮਾਂ ਹੋ ਗਿਆ, ਹੁਣ ਸੁਬਾਹ ਦਾ ਸਮਾਂ, ਸਵੇਰ ਦੇ ਸਮੇਂ ਪੁਲਿਸ ਨੇ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਲਗਾ ਦਿੱਤੀਆਂ ਗਈਆਂ, ਜਿਹੜੀਆਂ ਕਿ ਫਿੰਗਰ ਪ੍ਰਿੰਟ ਜਾਂ ਹੋਰ ਜਿਹੜੀ ਹੈ ਜਾਂਚ ਆਪਦੇ ਵੱਲੋਂ ਕਰ ਰਹੀ ਹੈ, ਔਰ ਨਾਲ ਦੀ ਨਾਲ ਜਿਹੜਾ ਡੋਗ ਸਕੁਐਡ ਹੈ ਉਹ ਵੀ ਮੌਕੇ 'ਤੇ ਪਹੁੰਚਿਆ। ਲੇਕਿਨ ਹਜੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਕਿ ਰਣਜੀਤ ਸਿੰਘ ਦਾ ਕਤਲ ਕਿਹਨੇ ਕੀਤਾ, ਲੇਕਿਨ ਪੁਲਿਸ ਨੇ ਅਗਿਆਤ ਹਮਲਾਵਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਤੀ ਹੈ। ਦੀਪਕ ਸਿੰਗਲਾ, ਨਿਊਜ਼ 18 ਮੋਗਾ।